ਨੇ ਬਾਹਰ ਵਾਲੇ ਨੂੰ ਲੰਮਾ ਪਾਉਣੇ ਆਪੇ ਨੂੰ ਨਾ ਪਾਈ ਲੰਬਾ ਮਾਰਦਾ ਦਿਮਾਗ ਖਰਾਬ ਹੋ ਗਿਆ ਦੋ ਘੰਟੇ ਹੋ ਗਏ ਸਾਨੂੰ ਇੱਥੇ ਖੜਿਆ ਨੂੰ ਗੱਲਾਂ ਕਰਨ ਲੱਗੂ ਗੇਟ ਤੋਂ ਅੰਦਰ ਆਇਆ ਕਰੋ ਵਿੱਚ ਬੱਕਰੀ ਬੱਕਰੀ ਮੰਡੀ ਚ ਚੱਲ ਰੁਪਈਆ ਤੈਨੂੰ ਦੇਵਾਂਗੇ ਸੀ 4000 ਦਾਣੇ ਪਾ ਕੇ ਜਾਨਵਰ ਪਾਲੇ ਉਹ ਭੈਣ ਚੋ ਪੱਠਿਆਂ ਤੇ ਨਹੀਂ ਪਾਲੇ ਅੱਠ ਨੌ ਮਹੀਨੇ ਸੇਵਾ ਕਰਨੀ ਤੂੰ ਕਹਿੰਦੇ 4000 ਰੁਪਈਆ ਲੈ ਲਓ ਤੇਰੇ ਸਾਹਮਣੇ 5000 ਰੁਪਈਆ ਦਿੰਦਾ ਮੰਨਿਆ ਨੀ ਉਹ ਫਿਰ ਲੈ ਲਿਆ ਹੀ ਨੀ ਨਾ ਆਪਣੇ ਆਪੇ ਆ ਜਾ ਗੇਟ ਚ ਮੇਰੀ ਗੱਲ ਸੁਣ ਮੈਂ 5 ਮਿੰਟ ਲੱਗਦੇ ਮੈਂ ਹੁਣ ਘਰ ਜਾ ਵੜਨਾ ਕੈਨੇਡਾ ਚੋਂ ਆਇਆ ਸਾਢੇ 4 ਦੀ ਦਿਨ ਇਹਨੇ ਵੀ ਗਾਹ ਵੇਚਣ ਚਲੋ ਠੀਕ ਹੈ ਆਪਣੀ ਰੋਟੀ ਹਰ ਇੱਕ ਕਮਾਉਂਦਾ ਆ ਰੋਟੀ ਦੇ ਮਾਰੀ ਫਿਰਦੇ ਰੋਟੀ ਦੇ ਮਾਰੀ ਫਿਰਦੇ ਰੋਟੀ ਦੀ ਮਾਰੀ ਫਿਰਦੀ ਆ ਹੁਣ ਕਸਰ ਤਾਂ ਹੈ ਨਹੀਂ ਯਾਰ ਉਹਨੇ ਵੀ 2 ਰੁਪਏ ਗਾਹ ਰੋਟੀ ਮੈਂ ਮੈਂ ਬਾਬੂ ਟੋਕਰੇ ਚ ਪਾ ਕੇ ਵੇਚੀ 12 ਨਹੀਂ ਕਰਦਾ ਇੰਨਾ ਜੇ ਤਾਂ ਜੋ 8 ਮਹੀਨੇ ਜਾਨਵਰ ਨੂੰ ਦਾਣਾ ਪਾ ਕੇ ਲੋਕ ਸਾਸਾ 2-2 ਸਾਲ ਬਾਬੂ ਸਾਹਮਣੇ ਆ ਤੇ ਤੂੰ 8 ਮਹੀਨੇ ਸਾਹਮਣੇ ਤੇ ਕੋ ਲੁੜਾ ਕੇ ਪਹਿਲਾਂ ਮੇਰੀ ਗੱਲ ਸੁਣਿਓ ਤੁਹਾਨੂੰ ਪਤਾ ਹੈ ਨਾ ਆਪਾਂ ਜਿਹੜੇ ਮੁੱਲ ਨੇ ਨਸਲਾਂ ਦੀ ਤੇਸੀਆਂ ਦਾ ਤਾਂ ਗੋਸ਼ਟ ਦੇ ਹਿਸਾਬ ਨਾਲ ਵਿਕਣਾ ਹੈ ਤੂੰ ਆਪ ਦੱਸ ਦੇ ਚਲੋ ਰਹਿਣ ਦੇ ਰਹਿਣ ਦੇ ਨਹੀਂ ਤੁਸੀਂ ਸਿਆਣੇ ਪਹਿਲਾਂ ਤਾਂ ਆਪਾਂ ਕਰਦੇ ਸੀ ਸ਼ੁਕਲ ਆਪਾਂ ਹੋਰ ਨਹੀਂ ਹੈ ਬਈ ਮੈਂ ਜੇ ਆਪਾਂ ਹੁਣ ਆਪਾਂ ਆਈਏ ਅਸਲ ਗੱਲ ਤੇ